ਸੱਸ ਨੂੰ ਬਚਾਉਣ ਗਿਆ ਸੀ ਜਵਾਈ ਤਾਂ ਕੁੱਟ ਦਿੱਤਾ ਗੁਆਂਢੀਆਂ ਨੇ। ਮੌਕੇ ਤੇ 15 ਤੋਂ 20 ਹਮਲਾਵਰਾਂ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ। ਸੱਸ ਨੂੰ ਬਚਾਉਣ ਗਿਆ ਸੀ ਇਹ ਜਵਾਈ ਤੇ ਇਸ ਨੂੰ 15 ਤੋਂ 20 ਹਮਲਾਵਰਾਂ ਨੇ ਘੇਰ ਕੇ ਕੁੱਟਮਾਰ ਕੀਤੀ ਹੈ, ਜਿਸਦਾ ਇਸਨੇ ਆਪਣੇ ਸਹੁਰੇ ਪਰਿਵਾਰ ਦੇ ਗੁਆਂਢੀਆਂ ਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਸੰਬੰਧੀ ਜ਼ਖਮੀ ਸ਼ਖਸ ਨੇ ਕਿਹਾ ਕਿ ਗੁਆਂਢੀ ਉਸਦੀ ਸੱਸ ਨੂੰ ਸ਼ਰਾਬ ਪੀ ਕੇ ਗਾਲਾਂ ਕੱਢਦੇ ਸੀ, ਜਿਸ ਦੀ ਉਸਨੇ ਪੁਲਿਸ ਕੋਲ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਗੁਆਂਢੀ ਨੇ 15 ਤੋਂ 20 ਅਣਪਛਾਤੇ ਸ਼ਖਸ ਬਾਹਰੋਂ ਬੁਲਾ ਕੇ ਉਸ ਤੇ ਹਮਲਾ ਕਰਵਾ ਦਿੱਤਾ। ਦੱਸ ਦੇ ਕਿ ਮਾਮਲਾ ਲੁਧਿਆਣਾ ਦਾ, ਜਿੱਥੇ ਅਣਪਛਾਤੇ ਹਮਲਾਵਰਾਂ ਦੇ ਝੁੰਡ ਨੇ ਇੱਕ ਸ਼ਖਸ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ, ਜਿਸ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ। ਜਾਣਕਾਰੀ ਦਿੰਦੇ ਹੋਏ ਪੀੜਿਤ ਵਿਨੇ ਦੁੱਗਲ ਨੇ ਦੱਸਿਆ ਕਿ ਉਸਦੀ ਸੱਸ ਦਾ ਉਸਨੂੰ ਫੋਨ ਆਇਆ ਕਿ ਉਸਦੇ ਘਰ ਦੇ ਬਾਹਰ ਗੁਆਂਢੀ ਗਾਲਾਂ ਕੱਢ ਰਹੇ ਨੇ। ਦੁੱਗਲ ਮੁਤਾਬਿਕ ਘਰ ਦੇ ਵਿੱਚ ਉਸਦੀ ਸੱਸ ਅਤੇ ਪਤਨੀ ਦੋਨੋਂ ਇਕੱਲੇ ਸੀ ਤੇ ਉਸਨੇ ਤੁਰੰਤ 112 ਕੰਟਰੋਲ ਰੂਮ ਤੇ ਫੋਨ ਕੀਤਾ। ਕੰਟਰੋਲ ਰੂਮ ਵਿੱਚ ਉਹਨਾਂ ਨੂੰ PCR ਦੇ ਦਸਤੇ ਦਾ ਨੰਬਰ ਮਿਲਿਆ ਤੇ PCR ਦੇ ਮੁਲਾਜ਼ਮਾਂ ਨੇ ਉਸਨੂੰ ਥਾਣੇ ਦੇ ਵਿੱਚ ਆ ਕੇ ਸ਼ਿਕਾਇਤ ਦਰਜ ਕਰਵਾਉਣ ਨੂੰ ਕਿਹਾ। ਵਿਨੇ ਮੁਤਾਬਿਕ ਜਦੋਂ ਉਹ ਗੁਆਂਢੀਆਂ ਦੇ ਖਿਲਾਫ ਗਾਲੀ ਗਲੋਚ ਆਦਿ ਦੀ ਸ਼ਿਕਾਇਤ ਲੈ ਕੇ ਗਿਆ ਤਾਂ ਗੁਆਂਢੀਆਂ ਨੇ 15 ਤੋਂ 20 ਨੌਜਵਾਨ ਬਾਹਰ ਤੋਂ ਬੁਲਾ ਕੇ ਉਸ ਤੇ ਹਮਲਾ ਕਰਵਾ ਦਿੱਤਾ। ਵਿਨੇ ਮੁਤਾਬਿਕ 4 ਦਿਨ ਪਹਿਲਾਂ ਉਹਨਾਂ ਦੇ ਘਰ ਦੇ ਵਿੱਚ ਚੋਰੀ ਵੀ ਹੋਈ ਸੀ ਤੇ ਉਸ ਨੂੰ ਗੁਆਂਢੀਆਂ ਤੇ ਹੀ ਚੋਰੀ ਦਾ ਸ਼ੱਕ ਹੈ। ਤਾਂ ਦੱਸ ਦਈਏ ਕਿ ਥਾਣੇ ਦੇ ਵਿੱਚ ਹੁਣ ਗੁਆਂਢੀਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਇਹ ਗੁਆਂਢੀ ਸ਼ਿਕਾਇਤ ਵਾਪਸ ਲੈਣ ਨੂੰ ਲੈ ਕੇ ਦਬਾਅ ਬਣਾ ਰਿਹਾ ਤੇ ਉਸੀ ਸ਼ਿਕਾਇਤ ਦੀ ਰੰਜਿਸ਼ ਦੇ ਚੱਲਦੇ ਇਹ ਪੜੋਸੀ ਉਹਨਾਂ ਨੂੰ ਤੰਗ ਕਰਦੇ ਨੇ। ਇਸ ਸੰਬੰਧੀ ਉਸਨੇ ਕਿਹਾ ਕਿ ਹਮਲਾਵਰਾਂ ਨੇ ਉਸਦਾ ਜਬੜਾ ਬੁਰੀ ਤਰੀਕੇ ਨਾਲ ਤੋੜ ਦਿੱਤਾ ਤੇ ਸਿਰ ਤੇ ਲੋਹੇ ਦੀ ਰਾੜ ਤੇ ਕੜੇ ਮਾਰੇ ਨੇ। ਬਾਜੀ ਕੀ ਨਾਮ ਹੈ? ਮੇਰਾ ਨਾਮ ਹੈ ਵਿਨੇ ਦੁੱਗਲ। ਹਾਂਜੀ ਵਿਨੇ ਦੁੱਗਲ। ਵਿਨੇ ਦੁੱਗਲ, ਕੀ ਹੋਇਆ ਸੀ? ਯਾਰ ਮੈਨੂੰ ਮੇਰੀ ਸੱਸ ਦਾ ਫੋਨ ਆਇਆ ਸੀ, ਕਹਿੰਦੇ ਕਿ ਨਾਲ ਦੇ ਗੁਆਂਢੀ ਨਾਲ ਗਾਲਾਂ ਕੱਢਦੇ ਉਹਨੇ ਦਾਰੂ ਪੀ ਕੇ। ਕੀ ਨਾਮ ਸੱਸ ਦਾ? ਦੇਵਕੀ ਦੇਵੀ। ਅੱਛਾ। ਅਤੇ ਮੈਂ ਕੰਮ 'ਤੇ ਸੀ ਅਤੇ ਮੈਂ ਕਿਹਾ ਚਲੋ ਮੈਂ ਆ ਗਿਆ ਉਹਨਾਂ ਚਿੱਕਰ, ਅਤੇ ਫਿਰ ਸਭ ਤੋਂ ਪਹਿਲਾਂ ਮੈਂ ਕੰਟਰੋਲ ਰੂਮ 'ਚ ਫੋਨ ਕੀਤਾ ਮੋਹਾਲੀ, ਉਹਨਾਂ ਨੇ ਫਿਰ PCR ਦਾ ਨੰਬਰ ਦਿੱਤਾ, ਕਹਿੰਦੇ ਠੀਕ ਹੈ ਤੁਸੀਂ ਆ ਜਾਓ, ਅਸੀਂ ਤੁਹਾਡੀ ਕੰਪਲੇਨ ਲਿਖ ਲੈਣਾ, ਤੁਸੀਂ ਥਾਣੇ ਆ ਜਾਓ। ਠੀਕ ਹੈ। ਅਸੀਂ ਜੀ ਥਾਣੇ ਚਲੇ ਗਏ ਜੀ, ਕੰਪਲੇਨ ਲਿਖਾ ਕੇ ਆਏ ਹਾਂ ਅਸੀਂ ਵਾਪਸ। ਉਹਨਾਂ ਚਿੱਕਰ ਨੂੰ ਉਹਨਾਂ ਨੇ ਮੁੰਡੇ ਬੁਲਾ ਲਿੱਤੇ, ਕਾਫ਼ੀ ਮੁੰਡੇ ਬੁਲਾ ਲਿੱਤੇ। ਉਸ ਤੋਂ ਬਾਅਦ ਤੱਕਮ ਤੁੱਕੀ ਹੋਈ, ਗਾਲੀ ਗਲੋਜ ਆਉਂਦੇ ਆਉਂਦੇ ਇਹਨਾਂ ਨੇ ਪਤਾ ਨਹੀਂ ਕੀ ਮਾਰਿਆ ਇੱਕੋ ਨਾ ਮੇਰੇ ਵਾਸ਼ਰੂਮ ਵਾਲੀ ਜਗ੍ਹਾ 'ਤੇ ਮੇਰੇ ਹੱਥ 'ਤੇ। ਉਸ ਤੋਂ ਬਾਅਦ ਮੈਨੂੰ ਪਤਾ ਹੀ ਨਹੀਂ ਲੱਗਿਆ ਕਿੰਨੇ ਬੰਦੇ ਸੀਗੇ ਹਮਲਾ ਕਰਨ ਵਾਲੇ। ਘੱਟੋ ਘੱਟ 15 ਤੋਂ 20 ਬੰਦੇ ਸੀ ਜੀ। ਕਿਸ ਰੰਜਿਸ਼ ਕਰਕੇ ਕੀਤਾ? ਹਾਂਜੀ ਸਰ, ਹਾਲੇ 4 ਦਿਨ ਪਹਿਲਾਂ ਹੀ ਚੋਰੀ ਹੋਈ ਸੀ ਸਾਡੇ ਘਰੇ, ਠੀਕ ਹੈ, ਉਹ ਨਾਲ ਦੇ ਗੁਆਂਢੀਆਂ 'ਤੇ ਹੀ ਸਾਨੂੰ ਸ਼ੱਕ ਹੈਗਾ ਸੀ, ਤਾਂ ਕਰਕੇ ਅਸੀਂ ਕੰਪਲੇਨ ਦਿੱਤੀ ਹੋਈ ਸੀ, ਅਤੇ ਹਾਲੇ ਇਨਵੈਸਟੀਗੇਸ਼ਨ ਚੱਲਦੀ ਪਈ ਸੀ ਸਾਡੀ ਪੂਰੀ, ਅਤੇ ਅਸੀਂ ਚੁੱਪਚਾਪ ਬੈਠੇ, ਚਲੋ ਇਨਵੈਸਟੀਗੇਸ਼ਨ ਚੱਲਦੀ ਪਈ ਹੈ। ਸੱਸ ਦੇ ਘਰੇ ਚੋਰੀ ਹੋਈ ਸੀ ਜੀ, ਉਹਦਾ ਕੋਈ ਬੇਟਾ ਨਹੀਂ ਹੈਗਾ, ਤਾਂ ਮੈਂ ਹੀ ਉੱਧਰ ਹੀ ਅਤੇ ਨਾ ਮੈਂ ਹੀ ਸਾਰਾ ਦੇਖਦਾ। ਅੱਜ ਜਿਹੜੀ ਕੁੱਟਮਾਰ ਹੋਈ ਕਿਹੜੀ ਜਗ੍ਹਾ 'ਤੇ ਹੋਈ? ਹਾਂ ਕਾਕੋਵਾਲ ਉਹਨਾਂ ਦੇ ਘਰੇ। ਕਿਹੜੀ ਜਗ੍ਹਾ 'ਤੇ? ਕਾਕੋਵਾਲ ਵਿਸ਼ਾਲ ਕਲੋਨੀ 4 ਨੰਬਰ ਗਲੀ। 4 ਨੰਬਰ ਗਲੀ। ਅਤੇ ਤੁਹਾਨੂੰ ਥਾਣਾ ਕਿਹੜਾ ਪੈਂਦਾ? ਬਸਤੀ ਜੋਧੇਵਾਲ ਥਾਣਾ ਪੈਂਦਾ। ਉੱਥੇ ਇਨਫੋਰਮ ਕਰਤਾ? ਹਾਂਜੀ ਫੋਨ ਕਰਤਾ ਸੀ, ਉੱਥੇ ਕੰਪਲੇਨ ਲਿਖੀ ਸੀ। ਤੁਸੀਂ ਕੰਟਰੋਲ ਰੂਮ ਦੇ ਉੱਤੇ ਫੋਨ ਕੀਤਾ ਸੀ, ਉਸ ਤੋਂ ਬਾਅਦ ਤੁਹਾਨੂੰ ਉੱਥੇ ਕੀ ਕਿਹਾ ਗਿਆ? ਇਹ ਕਹਿੰਦੇ PCR ਵਾਲਿਆਂ ਦਾ ਤੁਹਾਨੂੰ ਫੋਨ ਆਏਗਾ। ਅੱਛਾ ਜੀ। ਅਤੇ ਤੁਸੀਂ ਉਹ ਤੁਹਾਡੇ ਘਰ ਆ ਜਾਣਗੇ। PCR ਵਾਲਿਆਂ ਦਾ ਫੋਨ ਆਇਆ ਸਾਨੂੰ, ਕਹਿੰਦੇ ਤੁਸੀਂ ਇੱਦਾਂ ਕਰੋ ਤੁਸੀਂ ਆਪ ਥਾਣੇ ਆ ਜਾਓ। ਅਤੇ ਮੈਂ ਕਿਹਾ ਜੀ ਤੁਸੀਂ ਮੌਕਾ ਵਾਰ ਦੇ ਉੱਤੇ ਤਾਂ ਆਓ, ਤੁਸੀਂ ਇੱਥੇ ਮੁਹੱਲੇ ਜਾ ਕੇ ਇਨਕੁਆਇਰੀ ਤਾਂ ਕਰੋ ਆ ਕਿ ਕੀ ਹੋਇਆ ਕੀ ਨਹੀਂ। ਕਹਿੰਦੇ ਨਹੀਂ ਤੁਸੀਂ ਉੱਧਰ ਆ ਜਾਓ ਜੀ। ਅਤੇ ਫਿਰ ਅਸੀਂ ਬਸਤੀ ਜੋਧੇਵਾਲ ਥਾਣੇ ਗਏ, ਕੰਪਲੇਨ ਲਿਖਵਾਈ, ਹਾਲੇ ਅਸੀਂ ਵਾਪਸ ਆ ਕੇ ਹਲੇ ਖਲੋਤੇ ਹੀ ਹਾਂ। ਉਹਨਾਂ ਚਿਕਨ ਉਹਨਾਂ ਵੱਲੋਂ ਗਾਲੀ ਗਲੋਚ ਸ਼ੁਰੂ ਹੋ ਗਈ ਜੀ,
ਤੈਨੂੰ ਅਸੀਂ ਦੱਸਦੇ ਹਾਂ, ਤੈਨੂੰ ਆਹ ਕਰ ਦਾਂਗੇ ਉਹ ਕਰ ਦਾਂਗੇ, ਗਾਲਾਂ ਕੱਢਣ ਲੱਗ ਗਏ। ਫਿਰ ਅਸੀਂ ਵੀ ਅੱਗੋਂ ਬੋਲੇ ਕਿ ਬਈ ਗਾਲਾਂ ਕਿਉਂ ਕੱਢਦੇ ਵੇਲੇ, ਇੱਕ ਤਾਂ ਜਨਾਨੀਆਂ ਘਰ ਇਕੱਲੀਆਂ ਸੀ ਦੋਨੋਂ ਲੇਡੀਜ਼ਾਂ, ਤੁਸੀਂ ਆਹ ਗਾਲਾਂ ਕਿਉਂ ਕੱਢਦੇ ਪਏ ਹੋ? ਕਹਿੰਦੇ ਅਸੀਂ ਤਾਂ ਕੱਢਾਂਗੇ ਜੀ, ਗਾਲਾਂ ਕੱਢਾਂਗੇ, ਜੋ ਕਰਨਾ ਕਰ ਲਓ ਜੀ। ਉਸ ਤੋਂ ਬਾਅਦ ਇਹਨਾਂ ਨੇ ਫੋਨ ਘੁਮਾਤੇ ਮੁੰਡਿਆਂ ਨੂੰ, ਪਤਾ ਨਹੀਂ ਕਿੱਧਰੋਂ ਕਿੱਧਰੋਂ ਮੁੰਡੇ ਯਾਰ ਦੋਸਤ ਨਸ਼ੇੜੀ ਹੈਗੇ ਨੇ, ਉਹ ਪਤਾ ਹੀ ਨਹੀਂ ਲੱਗੇ। ਇੱਕੋ ਦਮ ਕੋਈ ਪਿੱਛੋਂ ਆ ਕੇ ਮੈਨੂੰ ਮਾਰਿਆ, ਕਿਸੇ ਨੇ ਧੱਕਾ ਮਾਰਿਆ, ਮੋਟਰਸਾਈਕਲ ਤੱਕ ਲੇਤਾ। ਫਿਰ ਇੱਕੋ ਦਮ ਹੀ ਸਾਹਮਣੇ ਮੁੰਡੇ ਨੇ ਇੱਕੋ ਦਮ ਇੱਥੇ ਹੀ ਮਾਰਿਆ ਜੀ, ਕੜਾ ਮਾਰਿਆ। ਮੇਰਾ ਸਾਰਾ ਹਿੱਸਾ ਹਿਲਾਤ ਆ, ਪੂਰਾ ਬੜਾ ਪੂਰਾ ਹਿਲਾਤ ਆ। ਮੇਰੀ ਵੋਸ਼ਰੂਮ ਵਾਲੀ ਜਗ੍ਹਾ 'ਤੇ ਚੋਟ ਲੱਗੀ ਹੋਈ ਮੈਨੂੰ, ਐਸਾ ਮੈਨੂੰ ਪਤਾ ਪੂਰੀ ਬੋਡੀ ਦਰਦ ਕਰਦੀ ਸੀ।